ਇੱਕ ਸ਼ਖਸ ਨੂੰ ਬੁਲਟ ਮੋਟਰਸਾਈਕਲ ਚੋਰੀ ਕਰਦੇ ਸ਼ਰੇਆਮ ਕਾਬੂ ਕੀਤਾ ਗਿਆ। ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਬੁਲਟ ਮੋਟਰਸਾਈਕਲ ਦੇ ਉੱਤੇ ਬੈਠਾ ਨਜ਼ਰ ਆ ਰਿਹਾ ਤੇ ਭੀੜ ਭਾੜ ਵਾਲਾ ਇਲਾਕਾ ਵੀ ਦੇਖਿਆ ਜਾ ਸਕਦਾ। ਪਰ ਇਸ ਚੋਰ ਦੇ ਹੌਸਲੇ ਇੰਨੇ ਕੁ ਬੁਲੰਦ ਨਜ਼ਰ ਆ ਰਹੇ ਨੇ ਕਿ ਇਸ ਨੂੰ ਕਿਸੇ ਦਾ ਵੀ ਕੋਈ ਡਰ ਭੈ ਨਜ਼ਰ ਨਹੀਂ ਆ ਰਿਹਾ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਇਸ ਨੂੰ ਮੌਕਾ ਮਿਲਦਾ ਹੈ ਤਾਂ ਇਹ ਆਪਣੀ ਲੱਤਾਂ ਦੇ ਨਾਲ ਹੀ ਪਹਿਲਾਂ ਤਾਂ ਬੁਲਟ ਮੋਟਰਸਾਈਕਲ ਨੂੰ ਬੈਕ ਕਰਦਾ ਤੇ ਜਿਵੇਂ ਹੀ ਸਟਾਰਟ ਕਰਨ ਲੱਗਦਾ ਤਾਂ ਇਸ ਨੂੰ ਇੱਕ ਵਿਅਕਤੀ ਆ ਕੇ ਮੌਕੇ ਤੇ ਹੀ ਕਾਬੂ ਕਰ ਲੈਂਦਾ ਹੈ। ਕਿਹਾ ਜਾ ਰਿਹਾ ਕਿ ਸੀਸੀਟੀਵੀ ਦੀ ਮਦਦ ਦੇ ਨਾਲ ਇੱਕ ਵੱਡੀ ਚੋਰੀ ਦੀ ਵਾਰਦਾਤ ਹੋਣ ਤੋਂ ਬਚਾ ਰਿਹਾ ਕਿਉਂਕਿ ਮੌਕੇ ਦੇ ਉੱਤੇ ਹੀ ਬੁਲਟ ਮੋਟਰਸਾਈਕਲ ਦੇ ਮਾਲਕ ਨੇ ਇਸ ਨੂੰ ਆ ਕੇ ਕਾਬੂ ਕਰ ਲਿਆ। ਤਾਂ ਦੱਸ ਦਈਏ ਕਿ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਸ਼ਖਸ ਨੂੰ ਸ਼ਰੇਆਮ ਬੁਲਟ ਮੋਟਰਸਾਈਕਲ ਚੋਰੀ ਕਰਦੇ ਹੋਏ ਕਾਬੂ ਕੀਤਾ ਗਿਆ। ਫਿਲਹਾਲ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਸ਼ਖਸ ਨੂੰ ਬੁਲਟ ਮੋਟਰਸਾਈਕਲ ਚੋਰੀ ਕਰਦੇ ਸ਼ਰੇਆਮ ਕਾਬੂ ਕੀਤਾ ਗਿਆ। ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਬੁਲਟ ਮੋਟਰਸਾਈਕਲ ਦੇ ਉੱਤੇ ਬੈਠਾ ਨਜ਼ਰ ਆ ਰਿਹਾ ਤੇ ਭੀੜ ਭਾੜ ਵਾਲਾ ਇਲਾਕਾ ਵੀ ਦੇਖਿਆ ਜਾ ਸਕਦਾ। ਪਰ ਇਸ ਚੋਰ ਦੇ ਹੌਸਲੇ ਇੰਨੇ ਕੁ ਬੁਲੰਦ ਨਜ਼ਰ ਆ ਰਹੇ ਨੇ ਕਿ ਇਸ ਨੂੰ ਕਿਸੇ ਦਾ ਵੀ ਕੋਈ ਡਰ ਭੈ ਨਜ਼ਰ ਨਹੀਂ ਆ ਰਿਹਾ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਇਸ ਨੂੰ ਮੌਕਾ ਮਿਲਦਾ ਤਾਂ ਇਹ ਆਪਣੀ ਲੱਤਾਂ ਦੇ ਨਾਲ ਹੀ ਪਹਿਲਾਂ ਤਾਂ ਬੁਲਟ ਮੋਟਰਸਾਈਕਲ ਨੂੰ ਬੈਕ ਕਰਦਾ ਤੇ ਜਿਵੇਂ ਹੀ ਸਟਾਰਟ ਕਰਨ ਲੱਗਦਾ ਤਾਂ ਇਸ ਨੂੰ ਇੱਕ ਵਿਅਕਤੀ ਆ ਕੇ ਮੌਕੇ ਤੇ ਹੀ ਕਾਬੂ ਕਰ ਲੈਂਦਾ। ਕਿਹਾ ਜਾ ਰਿਹਾ ਕਿ ਸੀਸੀਟੀਵੀ ਦੀ ਮਦਦ ਦੇ ਨਾਲ ਇੱਕ ਵੱਡੀ ਚੋਰੀ ਦੀ ਵਾਰਦਾਤ ਹੋਣ ਤੋਂ ਬਚਾ ਰਿਹਾ ਕਿਉਂਕਿ ਮੌਕੇ ਦੇ ਉੱਤੇ ਹੀ ਬੁਲਟ ਮੋਟਰਸਾਈਕਲ ਦੇ ਮਾਲਕ ਨੇ ਇਸ ਨੂੰ ਆ ਕੇ ਕਾਬੂ ਕਰ ਲਿਆ। ਤਾਂ ਦੱਸ ਦਈਏ ਕਿ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਸ਼ਖਸ ਨੂੰ ਸ਼ਰੇਆਮ ਬੁਲਟ ਮੋਟਰਸਾਈਕਲ ਚੋਰੀ ਕਰਦੇ ਹੋਏ ਕਾਬੂ ਕੀਤਾ ਗਿਆ। ਫਿਲਹਾਲ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਸ਼ਖਸ ਨੂੰ ਬੁਲਟ ਮੋਟਰਸਾਈਕਲ ਚੋਰੀ ਕਰਦੇ ਸ਼ਰੇਆਮ ਕਾਬੂ ਕੀਤਾ ਗਿਆ। ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਬੁਲਟ ਮੋਟਰਸਾਈਕਲ ਦੇ ਉੱਤੇ ਬੈਠਾ ਨਜ਼ਰ ਆ ਰਿਹਾ ਤੇ ਭੀੜ ਭਾੜ ਵਾਲਾ ਇਲਾਕਾ ਵੀ ਦੇਖਿਆ ਜਾ ਸਕਦਾ। ਪਰ ਇਸ ਚੋਰ ਦੇ ਹੌਸਲੇ ਇੰਨੇ ਕੁ ਬੁਲੰਦ ਨਜ਼ਰ ਆ ਰਹੇ ਨੇ ਕਿ ਇਸ ਨੂੰ ਕਿਸੇ ਦਾ ਵੀ ਕੋਈ ਡਰ ਭੈ ਨਜ਼ਰ ਨਹੀਂ ਆ ਰਿਹਾ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਇਸ ਨੂੰ ਮੌਕਾ ਮਿਲਦਾ ਤਾਂ ਇਹ ਆਪਣੀ ਲੱਤਾਂ ਦੇ ਨਾਲ ਹੀ ਪਹਿਲਾਂ ਤਾਂ ਬੁਲਟ ਮੋਟਰਸਾਈਕਲ ਨੂੰ ਬੈਕ ਕਰਦਾ ਤੇ ਜਿਵੇਂ ਹੀ ਸਟਾਰਟ ਕਰਨ ਲੱਗਦਾ ਤਾਂ ਇਸ ਨੂੰ ਇੱਕ ਵਿਅਕਤੀ ਆ ਕੇ ਮੌਕੇ ਤੇ ਹੀ ਕਾਬੂ ਕਰ ਲੈਂਦਾ। ਕਿਹਾ ਜਾ ਰਿਹਾ ਕਿ ਸੀਸੀਟੀਵੀ ਦੀ ਮਦਦ ਦੇ ਨਾਲ ਇੱਕ ਵੱਡੀ ਚੋਰੀ ਦੀ ਵਾਰਦਾਤ ਹੋਣ ਤੋਂ ਬਚਾ ਰਿਹਾ ਕਿਉਂਕਿ ਮੌਕੇ ਦੇ ਉੱਤੇ ਹੀ ਬੁਲਟ ਮੋਟਰਸਾਈਕਲ ਦੇ ਮਾਲਕ ਨੇ ਇਸ ਨੂੰ ਆ ਕੇ ਕਾਬੂ ਕਰ ਲਿਆ। ਤਾਂ ਦੱਸ ਦਈਏ ਕਿ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਸ਼ਖਸ ਨੂੰ ਸ਼ਰੇਆਮ ਬੁਲਟ ਮੋਟਰਸਾਈਕਲ ਚੋਰੀ ਕਰਦੇ ਹੋਏ ਕਾਬੂ ਕੀਤਾ ਗਿਆ। ਫਿਲਹਾਲ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।